नशा खिलाफ छेड़ी मुहिम के चलते सुजानपुर के मोहल्ला प्रेमनगर में डीएसपी रूर लखविंदर सिंह की अगुवाई में सर्च ऑपरेशन चलाया गया। ज़्यादा जानकारी देते हुए उन्होंने बताया कि नशा के सौदागरों को पकड़ने के लिए पुलिस द्वारा सर्च ऑपरेशन किए जा रहे हैं, जिसमें बड़ी मात्रा में नशा पदार्थों की रिकवरी की गई है। ਮਾਣਯੋਗ SSP ਸਾਹਿਬ ਪਠਾਨਕੋਟ ਦੇ ਦਿਸ਼ਾ ਨਿਰਦੇਸ਼ ਹੇਠ ਅੱਜ ਜਿਹੜਾ ਵਾ ਅਧਿਆਤਨ ਤੌਰ 'ਤੇ ਜਿਹੜਾ ਸਰਚ ਆਪਰੇਸ਼ਨ ਕੀਤਾ ਗਿਆ। ਤੁਹਾਨੂੰ ਪਤਾ ਹੀ ਹੈ, ਪਹਿਲਾਂ ਵੀ ਇੱਥੇ ਅਸੀਂ ਲਗਾਤਾਰ ਹਫ਼ਤੇ ਬਾਅਦ 10-15 ਦਿਨੀ ਸਰਚ ਆਪਰੇਸ਼ਨ ਕਰਦੇ ਹਾਂ, ਕਿਉਂਕਿ ਤੁਹਾਨੂੰ ਪਤਾ ਹੈ ਪ੍ਰੇਮਨਗਰ ਮੁਹੱਲੇ ਵਾਲੇ ਜ਼ਿਆਦਾਤਰ ਲੋਕ ਜਿਹੜਾ ਵਾ ਸ਼ਰਾਬ ਦਾ ਧੰਦਾ ਕਰਦੇ। ਇਸ ਕਰਕੇ ਅੱਜ ਜਿਹੜਾ ਇਲੈਕਸ਼ਨ ਦੇ ਵਿੱਚ ਬਿਜੀ ਹੋਣ ਕਰਕੇ ਜਿਹੜਾ ਪਹਿਲਾਂ ਸਰਚ ਆਪਰੇਸ਼ਨ ਨਹੀਂ ਹੋ ਸਕਿਆ, ਅਤੇ ਕਾਫ਼ੀ ਦੇਰ ਬਾਅਦ ਅੱਜ ਆਪਰੇਸ਼ਨ ਕੀਤਾ ਅਤੇ ਕਾਫ਼ੀ ਰਿਕਵਰੀ ਵੀ ਹੋਈ ਹੈ ਸ਼ਰਾਬ।